ਆਪਣਾ ਸਮਾਨ ਜੰਗ ਦਾ ਤਿਆਰ ਹੋ ਗਿਆ, ਇਹ ਵੀ ਡੋਲ ਹੈ ਜੀ, ਇਹ ਵੀ ਡੋਲ ਹੈ, ਤੇ ਬਾਬੇ ਨੂੰ ਹੁਣ ਆਖਿਆ ਜੀ ਇੱਕ ਗਲਾਸ ਨਾਲ ਭਰੋ ਤੇ ਸ਼ਰਬਤ ਜਿਹੜਾ ਨਾ ਤਿਆਰ ਹੈ, ਗਲਾਸ ਫੜ ਕੇ ਨਾਲ ਇਹ ਆਖਣਾ ਜੀ ਸ਼ਰਬਤ ਪੀ ਲਓ। ਹਾਂਜੀ ਬਾਦਸ਼ਾਹ ਖਾਣ ਦੀ ਕੋਸ਼ਿਸ਼ ਕਰ ਰਹੇ ਆ, ਕਿਧਰ ਲੁੱਕ ਗਿਆ ਤੇ ਕੋਈ ਆਉਂਦਾ ਸਿਰ ਮਾਰਨੇ। ਓਏ ਓਏ ਆਖੇ ਬਾਬਾ ਤੂੰ السلام علیکم جی، ویلکم بیک ٹو زوار مساق فلاگ۔ ਆ ਜੀ ਅੱਗੇ ਇੰਨੇ ਦਿਨ ਹੋ ਗਏ ਨੇ ਤੇ ਬਾਵੇਰੀ ਵਲੋਗ ਵਾਲੇ ਨੇ ਦਿਲ ਨਹੀਂ ਕਰ ਰਿਹਾ ਨਾ ਹਾਲੇ, ਤੇ ਅੱਗੋਂ ਦਰਅਸਲ ਅੱਗੇ ਮੈਂ ਰੋਜ਼ ਬਣਾਉਂਦਾ ਸਾਂ ਤੇ ਜਦੋਂ ਤੁਸੀਂ ਮੈਨੂੰ ਇਹਨਾਂ ਨਾਲ ਵਹਿੰਦੇ ਪਿਓ ਹੱਜ ਕਰਕੇ ਵਾਪਸ ਆਏ ਤੇ ਮੈਂ ਕੋਈ ਬਲੌਗ ਤੇ ਬਲੌਗ ਨਹੀਂ ਮੈਂ ਬਣਾਇਆ ਹੈ, ਘਰ ਬੈਠੇ ਰਹਿੰਦੇ ਨੇ, ਸੁੱਤੇ ਰਹਿੰਦੇ ਨੇ, ਕੋਈ ਕੰਮ ਨਹੀਂ ਇਹਨਾਂ ਨੂੰ ਹੈ। ਠੀਕ ਕੀ ਮੇਰਾ ਮਤਲਬ ਕੀ ਤੇ ਇਹ ਕਿਤ ਕੀ ਨਾਂ ਹੈ ਤੇਰਾ ਦੱਸ ਜ਼ਰਾ। ਸੈਯਦ ਅਬਦੁੱਲਾਹ ਨਹੀਂ, ਤੂੰ ਕੀ ਦੱਸੋ ਸਾ ਦੱਸ। ਮੈਂ ਅੱਛਾ ਨਾਂ ਦੱਸੋ ਦੱਸ ਅੱਛਾ ਨਾਂ ਕੀ ਦੱਸ। ਸੈਯਦ ਅਬਦੁੱਲ ਬਾਸ। ਤੇ ਅਬਦੁੱਲ ਬਾਸ ਸਾਹਿਬ ਅੱਜ ਅਸਾਂ ਇੱਕ ਨਾਂ ਸੁਣਾਓ ਅਬਦੁੱਲ ਬਾਸ ਚੀਜ਼ ਸੋਚੀ ਹੈ। ਇਹ ਬਾਵੇਰਾ ਮੰਗਵਾਏ ਨੇ ਹੁਣ ਦੁਕਾਨ ਤੋਂ ਪਕਾਨੇ। ਠੀਕ ਹੈ, ਤੇ ਕਹਿੰਦੇ ਪਏ ਨੇ ਅਸਾਂ ਕਰਨਾ ਆਵਾਮ ਤੇ ਜ਼ੁਲਮ, ਚੁੱਕ ਚੁੱਕ ਕੇ ਪਕਾਨੇ ਮਾਰਨੇ ਨੇ। ਠੀਕ ਹੈ, ਤੇ ਅਬਦੁੱਲ ਸਾਹਿਬ ਤੁਸੀਂ ਕਿਉਂ ਹੱਸ ਰਿਹਾ ਦੱਸੋ ਜ਼ਰਾ। ਇਹ ਵਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਹੈ, ਵਲੌਗ ਸਮਿਸ ਨਹੀਂ ਕਰਨਾ, ਵਲੌਗ ਪੂਰਾ ਵੇਖਣਾ ਐਂਡ ਮਜ਼ੇਦਾਰ। ਮੇਰਾ ਮਤਲਬ ਕੀ ਖਾਣੇ ਵਾਲਾ ਹੋਵੇ। ਹਾਂ ਜੀ, ਖਾਣੇ ਵਾਲਾ ਹੋਵੇ ਵਾਲਾ ਹੈ, ਖਾਣੇ ਵਾਲਾ ਹੋਵੇ ਵਾਲਾ। ਤੇ ਇਹ ਆਪਣੇ ਸੈਯਦ ਸੁੰਡੀ ਸ਼ਾਹ ਬਾਦਸ਼ਾਹ ਆ ਰਹੇ ਨੇ, ਤੁਸੀਂ ਵੇਖ ਸਕਦੇ ਹੋ ਸੁੰਡੀ ਬਾਦਸ਼ਾਹ ਆ ਰਹੇ ਨੇ। ਸਾਰਾ ਪਿੰਡ ਦਾ ਜਿਹੜਾ ਨਾਮ ਹੋਸ਼ਿਆਰ ਸੁੰਡੀ ਬਾਦਸ਼ਾਹ ਤਸ਼ਰੀਫ ਲੈ ਆ ਰਹੇ ਨੇ। ਲੋ ਜੀ, ਇਹ ਆਪਣੇ ਵਸੀਕ ਸਾਹਿਬ ਨੇ। ਇਹ ਵੇਖੋ ਨਾ ਦੁਕਾਨ ਭਾਈ ਹੈ ਬਰਾਰ ਦੀ, ਦੋ ਮੋਬਾਈਲ ਵੇਖੋ ਐਡੇ ਬਿਜ਼ਨਸਮੈਨ ਨੇ, ਬਿਜ਼ਨਸਮੈਨ ਦੁਕਾਨ ਤੇ ਨਹੀਂ ਲਾਇਆ ਅੱਜ ਫੜੇ ਨੇ ਤੇ ਬਿਜ਼ਨਸਮੈਨ ਨੇ ਨਾ, ਇਹ ਐਪਲ ਸਟੋਰ ਇਹਨੇ ਹੀ ਖੋਲਿਆ, ਤਰੱਕੀਆਂ ਹੁੰਦੀਆਂ ਨੇ। ਅੱਛਾ ਤੇ ਯਾਰ ਧੰਨਵਾਦ, ਆਪਣੇ ਵਲੌਗ ਚ ਆਪਣੇ ਐਪਲ ਸਟੋਰ ਦੇ ਬਾਰੇ ਵੀ ਦੱਸ ਦਵਾਂ। ਇੱਕ ਪੋਸਟਰ ਬਣਾਇਆ ਸੀ ਬੰਦੇ ਪੁੱਛਦੇ ਨੇ ਯਾਰ, ਜਿਸ ਬੰਦੇ ਨੇ ਮੋਬਾਈਲ ਜੋ ਵੀ ਲੈਣਾ ਹੋਏ ਨਾ ਉਹ ਤੋਂ ਹਰਗਿਜ਼ ਰਾਬਤਾ ਨਾ ਕਰੇ, ਉਹ ਰਾਬਤਾ ਸਿਰਫ ਮੇਰੇ ਨਾਲ ਵਟਸਐਪ ਤੇ ਕਰ ਸਕਦਾ, ਕਿਉਂਕਿ ਜਿਹਨੇ ਲੈਣਾ ਹੈ ਤੇ ਜਿਹਨੇ ਚਸਕੇ ਲੈਣੇ ਨੇ ਉਹ ਲਿਹਾਜ਼ਾ ਦੂਰ ਹੀ ਰਵੇ। ਕਿਉਂ ਬਾਬਾ ਜੀ? ਹਾਂਜੀ, ਮੈਂ ਕਿਹਾ ਜਿਹਨੇ ਚਸਕੇ ਲੈਣੇ ਨੇ ਉਹ ਲਿਹਾਜ਼ਾ ਦੂਰ ਹੀ ਰਵੇ, ਚਸਕੇ ਲੈਣੇ ਤੇ ਉਹ ਬੜਾ ਚੌਕੜ ਤੋਂ ਦੂਰ ਰਵੇ, ਚੌਕੜ ਤੋਂ ਦੂਰ ਰਵੇ। ਤੇ ਬਾਵੇ ਕਲਰ ਘਰੀ ਸੁੱਤੇ ਨੇ, ਉਹ ਸੁੱਤਿਆਂ ਵੀ ਉਹਨਾਂ ਨੂੰ ਪਕਾਨੇ ਮਾਰਨੇ ਨੇ, ਮੈਂ ਜਾ ਕੇ ਜਿਹੜਾ ਨਾ ਵੇਖ ਲਿਆ, ਜੇ ਹੁਣ ਉੱਠ ਪਾ ਤਾਂ ਠੀਕ ਹੈ, ਨਹੀਂ ਸੁੱਤੇ ਹੋਏ ਤੇ ਉਹਨਾਂ ਨੂੰ ਚੁੱਕ ਚੁੱਕ ਕੇ ਪਕਾਨੇ ਮਾਰਨੇ। ਕਿਉਂ ਬੋਨੇ ਸ਼ਾਹੀ? ਹਾਂਜੀ ਹਾਂ ਕਰੋ, ਹਾਂ ਕਰੋ, ਬੜੇ ਵਜਨੇ ਨੇ ਪਕਾਨੇ ਅੱਜ। ਅੱਛਾ ਤੈਨੂੰ ਵੀ? ਤੈਨੂੰ ਵੀ ਠੀਕ ਹੈ, ਬੋਨੇ ਸ਼ਾਹ ਨਾ ਫਿਰ ਕੀ ਫੋਨ ਦਾ ਲਾਕ ਬੋਨੇ ਸ਼ਾਹ ਕੀ ਲਾਕ ਹੈ? ਫਿੰਗਰ ਉਹਨੂੰ ਲਾਕ ਦੇ, ਲੈ ਜਾ ਫਿੰਗਰ। ਹੋਰ ਸੁਣਾਓ ਕੀ ਹਾਲ ਚਾਲ ਹੈ?
ਪਾਕ ਸਰ ਜ਼ਮੀਨ ਸ਼ਾਦ ਬਾਤ ਕਰ ਦੇਣਾ। ਦੋਵੇਂ ਭਰਾ ਲੜਦੇ ਨੇ, ਇੱਕ ਭਰਾ ਨੇ ਫੋਨ ਦਾ ਲਾਕ ਲਾਇਆ ਫਿੰਗਰ ਪ੍ਰਿੰਟ, ਉਹ ਆਉਂਦਾ ਮੈਨੂੰ ਆਪਣੀ ਫਿੰਗਰ ਲਾਕ ਦੇ ਦੇ। ਜਿਵੇਂ ਜਿਵੇਂ ਲਓ ਜੀ ਇਹ ਹਾਸ਼ਰ ਜਿਹੜਾ ਨਾ ਪਕਾਨੇ ਲੈ ਆਇਆ, ਉਹਨੂੰ ਮਹਿਰ ਕੌਣ? ਅੱਛਾ ਗੱਲ ਤਾਂ ਸੁਣ, ਕੈਬ ਦੇ ਦੇ ਦਿੱਤੇ ਆ ਵੀ ਦੇ ਦਿੱਤੇ ਜੀ, ਇੱਧਰ ਲਾਓ। ਯੇ ਕਿਤਨੇ ਲੈ ਕੇ ਆਏ ਹੋ ਤੁਮ? ਯੇ 60 ਰੁਪਏ ਕੇ ਕਿਤਨੇ ਦੀਏ ਉਸਨੇ? ਖਿਜ਼ਰ ਕੇ ਪਾਸ ਨਹੀਂ ਮਿਲੇ? ਨਹੀਂ। ਯੇ 60 ਰੁਪਏ ਕੇ 60 ਬਸ? ਖੋਦੀ ਆਖੀ 60 ਬੋਨੇ ਸ਼ਾ ਉਰਾ ਉਰਾ ਬੋਨੇ ਸ਼ਾ ਉਰਾ। ਹੋਇਆ ਜੀ ਪਕਾਨੇ ਲੈ ਆਉਂਦੇ ਨੇ, ਆਹ 60 ਰੁਪਏ ਦੇ ਪਕਾਨੇ ਮੰਗਾਏ ਨੇ ਤੇ ਜਿਹੜਾ ਨਾ ਇਹ 60 ਆਏ ਨੇ। ਤੂੰ ਨਾ ਉਹ ਬਾਬਾ ਜੀ ਇਹਦੇ ਵਿੱਚ ਪਾਣਾ ਵੀ ਤੱਤਾ ਪਾਣੀ ਫੁੱਲ ਇਮਲੀ ਜਾਂ ਆਲੂ ਬੁਖਾਰੇ ਦਾ ਸ਼ਰਬਤ ਪੀ ਲਓ, ਗਰਮੀ ਬੜੀ ਗਰਮੀ ਬੜੀ, ਜਿਵੇਂ ਕੋਲ ਆ ਪਕਾਨੇ ਮਾਰਿਆ ਦਿਸ਼ਾ। ਇੱਕ ਦੇ ਹੋਰਾਂ ਹੋਰਾਂ ਲਿਆ ਹਾਦੀ ਸ਼ਾਹ ਜੀ, ਇਹ ਤੁਸੀਂ ਫੋਨ ਫੜੋ ਬਾਬਾ ਜੀ, ਵੀਡੀਓ ਬਣਾ ਦੇਵਾਂਗੇ। ਚੱਲ ਬਾਬਾ ਹੋਣਾ ਹੀ ਨਹੀਂ ਦਿੰਦੇ ਇੱਥੇ ਯਾਰ, ਇੱਥੇ ਪਾੜ ਜਾ ਰਿਹਾ, ਦੂਸਰੀ ਟੂਟੀ ਨਹੀਂ ਹੈ ਇੱਧਰ ਵੇਖੇ, ਫਟ ਗਿਆ ਨਾ, ਫਟ ਗਿਆ ਨਾ, ਫਟ ਗਿਆ। ਉੱਠੋ ਇੱਧਰ ਸੇ ਉੱਠੋ, ਮੈਨੇ ਪਹਿਲੇ ਕਹਾ ਤਾ ਕਿ ਇਹ ਪਕਾਨੇ ਜਿਹੜੇ ਨਾ ਇਹ ਬਾਵੇ ਨਾ ਭਰ ਲੈ, ਇੱਕ ਡੋਲ ਆਵੇ ਇੱਕ ਡੋਲ ਹੋਵੇ ਹੈ, ਅਤੇ ਇਹ ਸੱਯਦ ਨੂੰ ਇਹ ਕੰਮ ਜਿਹੜਾ ਨਾ ਇਹ ਯਾਦ ਆਉਂਦੇ ਨੇ। ਸ਼ਰਬਤ ਜਿਹੜਾ ਨਾ ਤਿਆਰ ਹੈ, ਗਲਾਸ ਫੜ ਕੇ ਨਾਲ ਆਖਣਾ ਜੀ ਸ਼ਰਬਤ ਪੀ ਲਓ, ਤੇ ਜਿਹੜਾ ਨਾ ਉਹ ਹਾਦੀ ਅੰਦਰ ਸੇ ਗਲਾਸ ਲੈ ਕੇ ਆਉਂਦੇ, ਤੇ ਆਹ ਕਾਲਾ ਵੀ ਨਾਲ ਆ ਗਿਆ ਸਾਡੇ, ਤੇ ਉਸ ਤੋਂ ਬਾਅਦ ਅਸੀਂ ਸਾਹਿਬ ਵੀ ਜੁਆਇਨ ਕਰ। ਅੱਛਾ ਕੈਮਰਾ ਕਿਧਰੇ ਲੁਕਾਉਂਦੇ ਹਾਂ? ਕੈਮਰਾ ਲੁਕਾ ਕੇ ਤੇ ਫਿਰ ਕਿਧਰੇ ਹਾਈਡ ਕਰਕੇ ਫਿਰ ਮਾਰਨਾ, ਕਿੱਥੇ ਕੈਮਰਾ ਲਗਾਉਣਾ ਜੀ ਦੱਸੋ? ਹੈਂ ਮਾਰਨੇ ਕਿੱਥੇ ਪਕਾਨੇ? ਮਾਰਨੇ ਪਕਾਨੇ ਬਾਰਗਾ ਹੀ ਮਾਰਨੇ ਨੇ, ਉਹ ਬਾਰਗਾ ਹੀ ਨਹੀਂ ਕਿਸੇ ਜਗ੍ਹਾ ਤੇ ਕੈਮਰਾ ਹਾਈਡ ਹੋਵੇ, ਕੈਮਰਾ ਹਾਈਡ ਹੋ ਕੇ ਤੇ ਫਿਰ ਪਤਾ ਨਾ ਲੱਗੇ ਕਿ ਅਸੀਂ ਵੀਡੀਓ ਬਣਾ ਰਹੇ ਹਾਂ। ਨਹੀਂ ਪਰ ਇਹ ਨਹੀਂ ਪਤਾ ਨਹੀਂ ਲੱਗਣਾ ਚਾਹੀਦਾ ਕਿ ਕੈਮਰੇ ਦਾ ਕਿਧਰੇ ਹੈ ਵੀ ਕਿ ਨਹੀਂ। ਕਿਉਂ ਬਾਬਾ ਸਹੀ ਨਹੀਂ ਕਿਹਾ ਮੈਂ? ਇਹ ਬਾਬਾ ਹੁਣ ਗਲਾਸ ਆ ਗਿਆ, ਹੁਣ ਚੱਲੀਏ ਬਾਹਰ, ਉਹਦੇ ਬਾਰਗਾ ਚੱਲੀਏ। ਠੀਕ ਹੈ ਗਲਾਸ ਲੈ ਆ ਜਾਓ, ਲਓ ਜੀ ਫੜ ਲਓ ਸਮਾਨ, ਚਲੋ ਮੁੜ ਚੱਲ ਆਇਓ ਜੀ। ਇਹ ਸਮਾਨ ਜੰਗ ਦਾ ਤਿਆਰ ਹੈ ਸਾਨੂੰ, ਠੀਕ ਹੈ। ਅਤੇ ਹੁਣ ਜਿਹੜਾ ਨਾ ਇਹ ਬਾਰਗਾ ਦੇ ਵਿੱਚ ਨਾ ਇਹ ਜਿਹੜਾ ਨਾ ਵੇਖ ਲਓ ਗੁਨਾਹ ਬਾਬੇ ਨੂੰ ਨਹੀਂ ਮਿਲਣਾ, ਪਾਣੀ ਦੇ ਨਾਲ ਲੈ ਕੇ ਤੁਸੀਂ ਮਾਰੋ, ਸਿੱਧਾ ਨਹੀਂ ਲੱਭਿਆ ਤਾਂ ਹੁਣ ਤੁਸੀਂ ਆਉਂਦੇ ਹੋ ਕਿਸੇ ਨੂੰ ਵੀ ਨਾ ਮਿਲੇ। ਅਤੇ ਬਾਬੇ ਨਾਲ ਜੇਬਾਂ ਵੀ ਭਰੀਆਂ ਨੇ ਇਸ ਟਾਈਮ, ਹੁਣ ਕੀ ਕਰਨਾ, ਹੁਣ ਕਿਹਨੂੰ ਮਾਰਨਾ ਜੀ, ਹੁਣ ਕੋਈ ਆਉਣਾ ਹੀ ਨਹੀਂ ਹੈ ਕਿ। ਲਓ ਜੀ ਅਸੀਂ ਹੁਣ ਕੈਮਰਾ ਲੁਕਾਉਣ ਦੀ ਕੋਸ਼ਿਸ਼ ਕਰਨੇ ਹਾਂ, ਕਿਧਰੇ ਲੁੱਕ ਗਿਆ ਤਾਂ ਕੋਈ ਆਉਂਦਾ ਸਿਰ ਮਾਰਨੇ। ਓਏ ਅੱਖ ਹੀ ਬਾਬਾ ਤੂੰ ਬੜਾ ਪੈੜਾ ਮਾਰ, ਰੋਣਾ ਨਹੀਂ ਰੋਣਾ ਨਹੀਂ, ਇੰਜੋਏ ਨਹੀਂ ਬਾਬਾ ਅੱਖ ਨਾ ਮਾਰ, ਹਾਦੀ ਬਾਦਸ਼ਾਹ ਦਾ ਵਹਾਓ ਮੂੰਹ ਚਾਹ ਸਹੀ, ਜਰਾ ਇੱਧਰ ਵੇਖ ਕੇ ਆਖੋ ਨਾ ਯਾਰ ਬਾਬਾ ਤੂੰ ਇੰਜ ਵਗਾਤਾ ਮਾਰਿਆ, ਏਡਾ ਜ਼ੋਰ ਦੀ ਤੇ ਨਾ ਮਾਰੀਦਾ, ਮੈਨੂੰ ਨੀ ਵਜਣਾ ਚਾਹੀਦਾ, ਖਲੋ ਇਹਨੇ ਤੈਨੂੰ ਮਾਰਿਆ, ਇਹਨੂੰ ਵਜਣਾ ਚਾਹੀਦਾ, ਇਹਨੂੰ ਮਾਰ, ਇਹਨੂੰ ਮਾਰ, ਮੈਨੂੰ ਵਜਣਾ, ਮੈਂ ਤੈਨੂੰ ਲੰਮਾ ਪਾ ਲੈਣਾ ਮੈਨੂੰ।
ਅੱਛਾ ਮੈਨੂੰ ਤਾਂ ਛੱਡ ਯਾਰ, ਕੀ ਕਰਨਾ ਤੂੰ? ਮਾਰ ਹੁਣ, ਮਾਰ ਮਾਰ ਤੂੰ, ਮਾਰ ਲੈ ਤੂੰ, ਪਿਆ ਹੀ ਕੇ ਨਾ ਦਿੰਦਾ ਜਿਵੇਂ ਸਹੀ ਹੈ ਦਾਦੀ ਆ ਵਾਚਾ ਜਿਵੇਂ ਜੀ ਹੁਣ ਪਾਣੀ ਆਉਣ ਲੱਗਾ ਇਹ ਪਾਣੀ ਵੱਡਾ ਪੰਪ ਇਹਨੇ ਚਲਾ ਦਿੱਤਾ ਉਹ ਵੇਖ ਸਕਦੇ ਹੋ ਤੁਸੀਂ ਕਾਕਾ ਸਾਹਿਬ ਆ ਰਹੇ ਨੇ ਇਹਨਾਂ ਨੂੰ ਪਾਣੀ ਪਿਆਉਂਦੇ ਆ ਇਮਲੀ ਆਲੂ ਬਹਾਰੇ ਦਾ ਪਾਗਲ ਜਿਹਾ ਹੋਵੇ ਪਾਣੀ ਪਿਆਉਂਗਾ ਉਹਨੂੰ ਆਖਿਆ ਮਿੱਠਾ ਪੀਣਾ ਹੀ ਪਾਣੀ ਖੱਟਾ ਪੀਣਾ ਵਾ ਮੈਂ ਕੋਈ ਵੀ ਨੀ ਪੀਣਾ ਵਾਜਾ ਚ ਲਗਾ ਹੁੰਦਾ ਉਹਨੂੰ ਪਾਣੀ ਪਿਆਉਂਗਾ ਅਸੀਂ ਤੇ ਅੱਗੇ ਪੁਕਾਰਾਂ ਮਾਰਿਆ ਆਵਾਜ਼ ਦਿੰਦਾ ਕਿ ਮੈਨੂੰ ਜਿਹੜਾ ਨਾ ਉਹ ਜਾਮੇ ਸ਼ੀਰੀ ਪਿਆਓ ਠੀਕ ਪੀਤੀ ਜਾਮੇ ਸ਼ੀਰੀ ਰਹਿਣ ਦੇ ਦਾਦੇ ਨੂੰ ਆਉਂਦਾ ਮਾਰ ਲਓ ਜੀ ਐਸ ਹੁਣ ਜਿਹੜਾ ਨਾ ਇੱਕ ਬੋਲੇ ਸਾਨੂੰ ਘਰੋਂ ਸੱਦ ਕੇ ਪਾਣੀ ਮਾਰੂ ਹੁੰਦੇ ਅੱਗੇ ਬਾਬਾ ਆ ਜਾਗਾ ਬਾਹਰ ਉਹ ਕਲਰ ਸਾਨੂੰ ਲਿਆ ਕਲਕਨ ਲਿਆ ਪਾਣੀ ਪਿਆ ਕੀ ਹੋਇਆ ਜੀ ਅੱਜ ਗੁੱਸੇ ਜਾਮੁਨ ਸ਼ਾਹ ਦਾ ਬੇਟਾ ਆਇਆ ਕੀ ਪਕਾਨਾ ਮੇਰੀ ਪੇਰ ਲਾਈ ਸਮਲਾ ਤੂੰ ਸਾ ਮਾਰ ਪਾਗਲ ਕੀ ਤੂੰ ਪਾਣੀ ਚ ਭਰ ਕੇ ਮਾਰ ਦੇ ਤੇਰਾ ਮੇਰੇ ਤੇ 50 ਫਗਾਨੇ ਮਾਰਨ ਇੱਕ ਵੀ ਨਹੀਂ ਬਚਾ ਪੁੱਤਰ ਇਹ ਇਧਰ ਆ ਤੇਰਾ 10 ਸਾਲ ਹੈ
ਵੀਹ ਮਾਰੇ ਨੀ, ਹੈ ਇੱਕ ਵੀ ਨਹੀਂ ਵੱਜਾ ਆ ਤੇਰਾ ਮੈਨੂੰ। ਲਓ ਜੀ ਇਹ ਹੁਣ ਪਕਾਨੇ ਸਾਡੇ ਖਤਮ ਹੋ ਗਏ ਨੇ, ਤੇ ਜਿਹੜਾ ਨਾ ਸਾਡੇ ਬਹੁਤ ਹੀ ਮਸ਼ਹੂਰ ਵਲੌਗਰ ਸ਼ਖਸੀਅਤ ਜਨਾਬ ਵੋਇਸ ਐਮ, ਉਹ ਕੋੜੇ ਹੱਥ ਤੇ ਬਣਾ ਕਰ ਕਿੱਥੇ ਸੁੱਟੀ ਆ ਬਾਬਾ ਜੀ, ਕੀ ਕਹਿ ਰਹੇ ਬਾਈ ਹਰੀ? ਬਾਈ ਹਰੀ ਹੈ ਪਿਆਰੇ ਨੇ ਮਾਸ਼ਾਅੱਲਾ, ਖੱਬੇ ਦੀਆਂ ਜ਼ੁਲਫਾਂ ਸੱਜੇ ਤੇ ਸੱਜੇ ਦੀਆਂ ਖੱਬੇ, ਐਨਕ ਲਾ ਨਾ ਤੇਰਾ ਐਨਕ ਲਾ, ਕਿੱਡਾ ਤੇਰਾ ਬਿੱਲੀ ਵਰਗਾ ਮੂੰਹ ਹੈ, ਮਰਿਆ ਤੂੰ ਭੁੱਖੀ ਕੁੱਤੀ ਹੁੰਦੀ ਹੈ। ਇਹ ਜੀ ਸਾਡੀ ਮੋਟਰਸਾਈਕਲ ਦੀ ਲਾਈਟ ਖਰਾਬ ਸੀ ਤੇ ਲਾਈਟ ਸਹੀ ਹੁਣ ਕਰਵਾਉਣ ਅਸੀਂ ਆਏ ਹਾਂ, ਜ਼ੇਰੇ ਨਿਗਰਾਨੀ ਸੱਯਦ ਸਜਾਦ ਸ਼ਾਹ ਬਾਦਸ਼ਾਹ ਮੋਟਰਸਾਈਕਲ ਦਾ ਬਲਬ ਸਹੀ ਕਰਵਾ ਰਿਹਾ, ਐਵੇਂ ਹੀ ਗੱਲ ਕਿਹੜਾ ਮੇਰਾ ਮਤਲਬ ਕਿ ਜਹਾਜ਼ ਸਹੀ ਕਰਵਾ ਰਿਹਾ। ਕੀ ਲਵਾਇਆ ਜੇ? ਕੀ ਆ ਰਬੜੀ ਰਿਓੜੀ ਹੈ ਰਬੜੀ ਯਾਰ, ਲੋ ਜੀ ਹੈ ਉੱਤੇ ਰੂਹ ਅਫਜ਼ਾ ਵੀ ਉਹਨਾਂ ਪਾ ਦਿੱਤਾ ਹੀ, ਉਹ ਹਮੇਸ਼ਾ ਲੋ ਫੜੋ ਆ ਜਾਮੇ ਸ਼੍ਰੀ ਰੂਹ ਅਫਜ਼ਾ ਜੀ। ਹੁਣ ਇੱਥੇ ਇੱਥੇ ਮਾਲ ਉਹ ਖਰੀਦ ਕੇ ਕੀ ਲੈਣ ਆਏ ਹੋ ਹੈ? ਜਿਮ ਕਰਨੀ? ਲੋ ਜੀ ਆ ਸੱਲੋ ਕੀ ਸਰਦੀਆਂ ਜਿਮ ਕਰਦੇ ਨੇ, ਗਰਮੀਆਂ ਚ ਕਰੂ ਨੇ। ਓਏ ਨਾ ਇਹਦੇ ਚ ਨਹੀਂ ਜਾਣਾ ਹੈ ਬਾਬਾ, ਫਸ ਗਿਆ ਤੇ ਫਿਰ ਨਹੀਂ ਫਸਦੇ, ਉਹ ਨਹੀਂ ਉਹ ਲੇਤੇ ਜਾ ਰਹੀ ਉੱਤੇ ਕੱਲੀ ਜਾ ਰਹੇ, ਨਹੀਂ ਯਾਰ ਬਾਬਾ ਨਹੀਂ ਬਹਿਣਾ ਨੀਚੇ ਤੇ ਥੱਲੇ ਨੂੰ ਕਰਨਾ, ਇਹਨੂੰ ਆਦ ਲੈਣ ਦੇ ਤੇ ਆਖਾਂਗੇ ਤੇ ਆਵੇਗੀ ਨਾ, ਮੈਂ ਨਹੀਂ ਬਹਿਣਾ ਉੱਤੇ ਆ ਬਾਬਾ ਜੀ ਅੜ ਗਈ ਤੇ ਦੂਸਰਾ ਫੋਟ ਦੇ ਚਲੋ ਬਾਬਾ। ਕੀ ਹੋਵੇ ਓਏ ਖੁੱਲ ਜਾ ਸਿਮ ਸਿਮ ਤੇ ਨਾ ਖੁੱਲਾ ਤੇ ਫੇਰ ਹੱਥ ਲਜਾ ਲੈ, ਉਹ ਖੁੱਲ ਜਾ ਖੁੱਲ ਜਾ, ਉਹ ਖੁਦਾ ਬਹੁਤ ਅੱਛਾ ਲੱਗਾ ਹੋਇਆ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਅੱਲਾ ਹਾਫਿਜ਼।